ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਪੂਰੀ ਵਾਹ ਲਗਾ ਰਹੀਆਂ ਹਨ, ਪਰ ਇਹਨਾਂ ਸਾਰਿਆਂ ਦੇ ਵਿੱਚ ਇੱਕ ਇਕੱਲਾ ਆਦਮੀ 2-3 ਮਿੱਤਰਾਂ ਨੂੰ ਨਾਲ ਲੈ ਕੇ ਰੋਜ਼ ਗਰੀਬਾਂ ਦੀ ਮਦਦ ਕਰਨ ਲਈ ਆਪਣੇ ਘਰੋਂ ਸਵੇਰੇ ਨਿਕਲ ਪਵੇ ਤਾਂ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਅਜਿਹਾ ਹੀ ਕਰ ਰਹੇ ਹਨ ਜਲੰਧਰ ਦੇ ਵਸਨੀਕ ਰਮਨੀਕ ਸਿੰਘ ਰੰਧਾਵਾ। ਆਓ ਦੇਖੀਏ ਸਾਡੇ ਪੱਤਰਕਾਰ ਅਨਿਲ ਵਰਮਾ ਦੀ ਇਹ ਰਿਪੋਰਟ। ਕੀ ਨਾਮ ਜੀ ਆਪਣਾ? ਰਮਨੀਕ ਸਿੰਘ ਰੰਧਾਵਾ। ਹਾਂ ਸਰ, ਤੁਸੀਂ ਸੇਵਾ ਕਰਦੇ ਪਏ ਹੋ, ਇਹਦੇ ਵਿੱਚ ਦੱਸੋ ਥੋੜ੍ਹੀ ਜੀ। ਸੇਵਾ ਅਸੀਂ ਇੱਦਾਂ ਕਰ ਰਹੇ ਹਾਂ ਜੀ, ਜਿੱਦਾਂ ਹੁਣ ਸਾਨੂੰ ਜਿੱਦਾਂ ਪਤਾ, ਜਿੱਦਾਂ ਹੁਣ ਆਪਣਾ ਅੱਜ ਕੱਲ੍ਹ ਇੱਥੇ ਕਰਫਿਊ ਦਾ ਦੌਰ ਚੱਲ ਰਿਹਾ ਆ, ਕਰੋਨਾ ਵਾਇਰਸ COVID-19 ਦਾ, ਤਾਂ ਕਈ ਜਿੱਦਾਂ ਲੋਕਾਂ ਦੇ ਸਾਨੂੰ ਕਾਲਸ ਆਉਂਦੀਆਂ ਆ, ਜਿੱਦਾਂ ਕਿ ਇੱਥੇ ਰੋਟੀ ਹੈ ਨਹੀਂ ਗੀ, ਖਾਣਾ ਹੈ ਨਹੀਂ, ਕੁਛ ਹੈ ਨਹੀਂ, ਉੱਥੇ ਅਸੀਂ ਜਾ ਕੇ ਪ੍ਰੋਵਾਈਡ ਕਰਦੇ ਹਾਂ। ਅਤੇ ਸਰ, ਜਿਹੜੀ ਸੀ ਆਪਣਾ ਸੇਵਾ ਕਰਦੇ ਪਏ ਹਾਂ, ਕੋਈ ਸੰਸਥਾ ਦੇ ਥਰੂ ਕਰਦੇ ਪਏ ਆਪਾਂ? ਨਹੀਂ, ਇਹ ਸੰਸਥਾ ਨਹੀਂ ਹੈ ਜੀ, ਇਹ ਮਤਲਬ ਆਪਣੇ ਥਰੂ ਮਿਲਣਾ ਮੇਰੇ ਫਰੈਂਡਸ ਨੇ, ਆਪਣਾ ਰਮਨ ਔਲਖ ਆ ਜੀ ਸਿਡਨੀ ਤੋਂ ਆ ਮੁੰਡਾ, ਉਹ ਆ, ਅਤੇ ਨਵਨੀਤ ਸਿੰਘ ਕਾਲਰਾ ਉਹ ਵੀ ਇੱਥੋਂ ਆਸਟ੍ਰੇਲੀਆ ਤੋਂ ਆ, ਪ੍ਰਿਤਪਾਲ ਸਿੰਘ ਗਿੱਲ ਉਹ ਹੈਗਾ ਆਪਣਾ ਅਮੈਰੀਕਾ ਤੋਂ ਆ, ਮਹਾਵੀਰ ਸਿੰਘ ਅੰਮ੍ਰਿਤਸਰ ਤੋਂ ਆ, ਅਤੇ ਇੱਦਾਂ ਹੀ ਆਪਣੇ ਹੋਰ ਕੁਝ ਵੀ ਨਾਲ ਜੁੜੇ ਆ ਵਿਕਰਮ ਭਾਅ ਜੀ ਦੇ, ਅਤੇ ਫਿਰ ਆਪਾਂ ਇੱਦਾਂ ਹੀ ਸਾਰੇ ਆਲ ਟੁਗੈਦਰ ਫਰੈਂਡਸ ਇਕੱਠੇ ਹੋ ਕੇ ਕਰ ਰਹੇ ਹਾਂ। ਅਤੇ ਸਰ, ਤੁਸੀਂ ਸੇਵਾ ਦੇ ਵਿੱਚ ਕੀ ਪ੍ਰੋਵਾਈਡ ਕਰਦੇ ਪਏ? ਅਸੀਂ ਵਿੱਚ ਜੀ ਜਿੱਦਾਂ ਹੁਣ ਅਸੀਂ ਮਤਲਬ ਜਿੱਦਾਂ ਹੁਣ ਆਪਾਂ ਡੋਗਸ ਨੂੰ, ਕੈਟਸ ਨੂੰ, ਅਤੇ ਕਾਊਸ ਨੂੰ, ਕਾਊਸ ਵਾਸਤੇ ਅਸੀਂ ਜਿੱਦਾਂ ਰੋਜ਼ ਟਰਾਲੀਆਂ ਸਾਡੀਆਂ ਆਉਂਦੀਆਂ ਪੱਠੇ ਦੀਆਂ, ਜਿੱਥੇ ਅਸੀਂ ਦੇਖੀਆਂ ਹੈ ਸਟੇਕ ਆਪਣੀਆਂ ਹੈਗੀਆਂ ਕਾਊਸ ਜਾਂ ਬਫਲੋਸ, ਉਹਨਾਂ ਨੂੰ ਫਿਰ ਅਸੀਂ ਉਹ ਪਾ ਦਿੰਦੇ ਹਾਂ। ਤੁਸੀਂ ਕਿੰਨੇ ਕੁ ਏਰੀਏ ਦੇ ਵਿੱਚ ਅਤੇ ਕਿੰਨਾ ਕੁ ਤੁਸੀਂ ਰਾਸ਼ਨ ਦਾ ਲੰਗਰ ਪਾਣੀ ਬਣ ਚੁੱਕੇ ਹੋ ਤੁਸੀਂ? ਲੰਗਰ ਪਾਣੀ ਜੀ ਇੱਦਾਂ ਕੋਈ ਐਸਟੀਮੇਟ ਆਈਡੀਆ ਨਹੀਂ ਹੈਗਾ ਪੱਕਾ ਕਿੰਨਾ, ਬਟ ਜਿੱਦਾਂ ਵਾਹਿਗੁਰੂ ਦੀ ਮਿਹਰ ਅਸੀਂ ਜਿੰਨਾ ਹੋ ਸਕਿਆ, ਜਿੰਨੀ ਸਾਡੀ ਪਰਮਾਤਮਾ ਸੇਵਾ ਲਈ ਆ, ਉਸ ਹਿਸਾਬ ਨਾਲ ਅਸੀਂ ਕਰੀ ਜਾਂਦੇ ਹਾਂ। ਕੀ ਵੰਡਿਆ ਤੁਸੀਂ? ਅਸੀਂ ਆਟਾ, ਚੌਲ, ਦਾਲ, ਘਿਓ, ਅਤੇ ਹੁਣ ਅਸੀਂ ਜਿੱਦਾਂ ਕੱਲ੍ਹ ਤੋਂ ਅਸੀਂ ਜਿੱਦਾਂ ਚਾਹ ਦਾ ਲੰਗਰ ਕੀਤਾ ਹੋਇਆ ਵਿਦ ਸਨੈਕਸ ਐਂਡ ਕੁਕੀਜ਼। ਅਤੇ ਸਰ, ਤੁਸੀਂ ਕੋਈ ਜਨਤਾ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ? ਇਹ ਕਰੋਨਾ ਵਾਇਰਸ ਬਿਮਾਰੀ ਚੱਲਦੀ ਵੀ, ਇਹਦੇ ਬਾਰੇ ਕੁਛ? ਇਹਦੇ ਵਾਸਤੇ ਇਹੀ ਹੈ ਜੀ, ਮਤਲਬ ਕਿ ਡਿਸਟੈਂਸ ਰੱਖੋ, ਇੱਕ ਦੂਜੇ ਤੋਂ ਡਿਸਟੈਂਸ ਰੱਖੋ, ਦੂਰ ਰਹੋ ਅਤੇ ਘਰ ਰਹੋ, ਜ਼ਿਆਦਾ ਘਰ ਰਹੋ, ਅਤੇ ਜੇ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ, ਇੱਥੇ ਸਾਡੇ ਆਪਣੇ ਹੈਗੇ ਆਪਣੇ ਐਡਮਿਨਿਸਟ੍ਰੇਸ਼ਨ ਬਹੁਤ ਵਧੀਆ ਆ, DC ਸਾਹਿਬ ਨੇ, CP ਸਾਹਿਬ, ਦੇ ਆਰ ਦਾ ਬੈਸਟ ਪਰਸਨ, ਅਤੇ ਹੁਣ ਤੁਹਾਨੂੰ ਮਤਲਬ ਕਿ ਤੁਸੀਂ ਆਪਣਾ ਸੇਵਾ ਕਰਦੇ ਹੋ, ਤੁਹਾਨੂੰ ਬੱਸਿਸ ਇਸ਼ੂ ਕਰ ਦਿੰਦੇ ਆ, ਜਿਹੜੇ ਮੈਂ ਕਹਿੰਦਾ ਸੇਵਾ ਕਰਦੇ ਹੋ ਜ਼ਰੂਰ ਅੱਗੇ ਆਉਣ, ਅਤੇ ਆਪਣਾ ਦੋ ਜਾਣੇ ਕਰਕੇ ਜਿੱਦਾਂ ਇੱਕ ਦੂਜੇ ਗੈਪ ਡਿਸਟੈਂਸ ਬਣਾ ਕੇ ਜਾਣ, ਜਿਹੜੇ ਲੋਕ ਪ੍ਰੋਬਲਮ 'ਚ ਉਹਨਾਂ ਦੀ ਹੱਲ ਕਰਨਾ ਚਾਹੁੰਦੇ ਹੱਲ ਕਰ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ, ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।